ਆਹ ਵੇਖੋ ਜੀ, ਇਹ ਆ ਜੀ ਕੂੜਾ ਕਰਕਟ। ਦੁਬਾਰਾ ਬੋਲੇ, ਡੇਢ ਕੁ ਸੌ ਰੋਟੀ ਖਾ ਕੇ ਡਾਇਟ ਤੇ। ਬਾਈ ਜੀ ਆਹ ਏਅਰਪੋਰਟ ਦਾ ਨਜ਼ਾਰਾ ਰਾਤ ਦਾ, ਕਿਆ ਬਾਤ ਹੈ। ਆਈ ਨੂੰ ਭੁਲੇਖਾ ਪੈ ਗਿਆ, ਉਹਨਾਂ ਦੀ ਗੱਡੀ 'ਚ ਚੱਲਿਆ ਸੀ। ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਗੁੱਡ ਮੋਰਨਿੰਗ, ਕਿਉਂਕਿ ਦਿਨ ਦਾ ਟਾਈਮ ਹੈ ਜੀ। ਸਵੇਰ ਦੇ ਹਲੇ ਵਜੇ ਆ ਆਪਣੇ 8:20 ਅਤੇ ਅਸੀਂ ਚੱਲੇ ਹਾਂ ਜੀ ਅੱਜ ਦਿੱਲੀ। ਬੜੇ ਐਕਸਾਈਟਿਡ ਹਾਂ ਕਿਉਂਕਿ ਇਸ ਚੈਨਲ 'ਤੇ ਜਦੋਂ ਦਾ ਚੈਨਲ ਨਵਾਂ ਬਣਾਇਆ ਉਸਦਾ ਦਿੱਲੀ ਦਾ ਕੋਈ ਵੀ ਵੀਡੀਓ ਦਿੱਲੀ ਦੀ ਨਹੀਂ ਹੈਗੀ ਜਾਂ ਈਵੈਂਟ ਦੀ ਜਾਂ ਕੁਛ ਵੀ। ਸੋ ਮੈਂ ਰਸਤੇ 'ਚ ਚੱਲ ਪਿਆ ਸੀਗਾ ਗੁਰੂਹਰ ਸਾਹਿਬ ਤੋਂ ਨਿਕਲ ਕੇ ਪਿੰਡੀ ਤੋਂ, ਅਸੀਂ ਮੈਂ ਰਿਧਮ ਨੂੰ ਲੈ ਕੇ ਅਤੇ ਹੁਣ ਜਾ ਰਹੇ ਹਾਂ ਜੀ ਅਸੀਂ ਫਿਰੋਜ਼ਪੁਰ। ਫਿਰੋਜ਼ਪੁਰ ਤੋਂ ਅਮਨ ਨੂੰ ਲੈ ਕੇ ਅੱਗੋਂ ਰੋਨੀ ਨੂੰ ਲੈ ਕੇ ਫਿਰ ਅਸੀਂ ਲੁਧਿਆਣੇ ਜਾਵਾਂਗੇ। ਅਤੇ ਰਸਤੇ ਦੀਆਂ ਤਸਵੀਰਾਂ ਜਿਹੜੀਆਂ ਤੁਹਾਨੂੰ ਪਤਾ ਹੀ ਹੈ ਹਰ ਵਾਰ ਵਾਂਗ ਤੁਹਾਡੇ ਨਾਲ ਸ਼ੇਅਰ ਕਰਦਾ ਰਹਾਂਗਾ ਮੈਂ। ਜਿੱਥੇ ਰੁਕੇ ਕੋਈ ਵੀ ਗੱਲਬਾਤ ਅਸੀਂ ਕਰਦੇ ਹਾਂ ਸਾਰੀ ਨਾਲ ਸ਼ੇਅਰ ਕਰਾਂਗੇ। ਅਤੇ ਫਿਰ ਸ਼ਾਮ ਦਾ ਇਵੈਂਟ ਹੈ ਦਿੱਲੀ ਅੱਜ, ਅਤੇ ਮੈਨੂੰ ਬਹੁਤ ਵਧੀਆ ਲੱਗ ਰਿਹਾ, ਬਹੁਤ ਵਧੀਆ ਫੀਲ ਹੋ ਰਿਹਾ ਕਿ ਆਪਾਂ ਦਿੱਲੀ ਚੱਲੇ ਹਾਂ ਇਵੈਂਟ ਕਰਨ ਵਾਸਤੇ। ਅਤੇ ਕਿਉਂਕਿ ਦੇਖੋ ਜੀ ਇੱਥੇ ਜੋ ਏਰੀਏ 'ਚ ਆਪਾਂ ਰਹਿ ਰਹੇ ਹਾਂ ਛੋਟਾ ਏਰੀਆ, ਅਤੇ ਲੋਕ ਕਹਿੰਦੇ ਚੰਡੀਗੜ੍ਹ ਆ ਜਾਓ ਜੀ, ਉੱਥੇ ਰਹੋ, ਮੁਹਾਲੀ ਰਹੋ, ਸਾਡੇ ਕੋਲ ਖਰੜ ਇੱਥੇ ਆ ਜਾਓ। ਪਰ ਜਦੋਂ ਆਪਦੇ ਸ਼ਹਿਰ 'ਚ ਰਹਿ ਕੇ ਆਪਾਂ ਕੰਮ ਚੰਗਾ ਕਰਦੇ ਹਾਂ, ਦੂਰ ਦੂਰ ਤੱਕ ਜਾਂਦੇ ਹਾਂ, ਤਾਂ ਉਹਦੀ ਖੁਸ਼ੀ ਇੱਕ ਅਲੱਗ ਹੀ ਹੁੰਦੀ ਹੈ। ਸੋ ਮੈਨੂੰ ਬੜੀ ਖੁਸ਼ੀ ਹੈ ਕਿ ਚਲੋ ਕੰਮ ਆ ਰਿਹਾ ਬਹੁਤ ਵਧੀਆ ਤਰੀਕੇ ਨਾਲ, ਕਦੇ ਅਸੀਂ ਡੱਬ ਵਾਲੀ ਜਾ ਰਹੇ ਹਾਂ ਕਦੇ ਕਿੱਥੇ। ਸੋ ਤੁਹਾਡੇ ਸਾਰਿਆਂ ਦਾ ਸਾਥ ਅਤੇ ਇੱਦਾਂ ਆਸ਼ੀਰਵਾਦ ਬਣਾਈ ਰੱਖਿਆ ਜੇ, ਅਤੇ ਮਿਲਦੇ ਹਾਂ ਜੀ ਅੱਗੇ ਵੀਡੀਓਜ਼ ਦੇ ਵਿੱਚ। ਹੁਣ ਅਸੀਂ ਪਹੁੰਚ ਗਏ ਜੀ ਫਿਰੋਜ਼ਪੁਰ, ਅਤੇ ਇੱਥੋਂ ਅਸੀਂ ਅਮਨ ਨੂੰ ਲੈ ਕੇ ਫਿਰ ਅੱਗੇ ਨਿਕਲਦੇ ਹਾਂ, ਫਿਰ ਅਸੀਂ ਰੋਨੀ ਨੂੰ ਲੈਣਾ ਤਲਵੰਡੀ ਚੌਂਕ ਤੋਂ, ਨਾਲ ਨਾਲ ਤੁਹਾਨੂੰ ਸ਼ੇਅਰ ਕਰਦਾ ਰਹਾਂਗਾ ਸਾਰਾ ਕੁਝ। ਲਓ ਜੀ ਅਮਨ ਕਲਿਆਣ ਆ ਗਏ ਨੇ। ਇਹ ਹੁਣ ਪਤਾ ਨਹੀਂ ਕਿੱਧਰ ਨੂੰ ਚੱਲਿਆ ਯਾਰ, ਇਹ ਬਾਬਾ ਪਤਾ ਨਹੀਂ ਕੌਣ। ਆਈ ਨੂੰ ਭੁਲੇਖਾ ਪੈ ਗਿਆ, ਉਹਨਾਂ ਦੀ ਗੱਡੀ 'ਚ ਚੱਲਿਆ ਸੀ। ਇਹ ਹੁਣ ਅਸੀਂ ਨਿਕਲ ਗਏ ਜੀ ਫਿਰੋਜ਼ਪੁਰ ਤੋਂ, ਅਮਨ ਕਲਿਆਣ ਆ ਗਿਆ, ਇਹ ਚੱਲਿਆ ਸੀ ਬਾਬਿਆਂ ਨਾਲ। ਬਾਬੇ ਕਹਿੰਦੇ ਨਿਕਲ, ਕਾਕਾ ਇੱਥੇ ਕਿੱਥੇ ਆਈ ਜਾਂਦਾ, ਬਾਬੇ ਵੀ ਘਰ ਆ ਗਏ, ਕਿੱਧਰ ਬਈ ਜਾਂਦਾ ਸਾਡੇ ਨਾਲ, ਬਾਅਦ 'ਚ ਫਿਰ ਇੱਧਰ ਸਾਡੇ ਨਾਲ ਆਇਆ। ਤੇਰੀ ਮੈਂ ਵੀਡੀਓ ਬਣਾ ਲਈਏ ਗੱਡੀ 'ਚ ਮੈਂ ਦੇ ਦੀ। ਆਹ ਬਾਈ ਜੀ ਸਾਡੇ ਨਾਲ ਅੱਜ ਚੱਲੇ ਆ ਪੂਰਨ ਸਿੰਘ, ਅਤੇ ਇਹਨਾਂ ਦੀ ਬਾਈ ਹਰਾਂ ਦੀ ਗੱਡੀ, ਅਸੀਂ ਅੱਜ ਰੈਂਟ 'ਤੇ ਕਰਕੇ ਅਤੇ ਚੱਲੇ ਹਾਂ। ਬਹੁਤ ਵਧੀਆ ਨਜ਼ਾਰਾ ਆਉਣਾ ਅੱਜ ਪੂਰਾ। ਲਓ ਜੀ ਰੋਨੀ ਆ ਗਿਆ, ਵਧੀਆ ਜੀ, ਕੀ ਹਾਲ ਹੈ ਜੀ। ਚਲੋ ਜੀ ਹੁਣ ਬੰਦੇ ਪੂਰੇ ਤੇ ਬਸ ਹਾਫਲਿਟ ਕਰ ਦੋ। ਜੀ
ਅਸੀਂ ਹੁਣ ਲੁਧਿਆਣੇ ਪਹੁੰਚ ਗਏ ਅਤੇ ਰਸਤੇ ਦੇ ਵਿੱਚ ਸ਼ਕਲਾਂ ਉਤਰੀਆਂ ਪਈਆਂ ਲੋਕਾਂ ਦੀਆਂ ਅਤੇ ਲੁਧਿਆਣੇ ਤੋਂ ਨਿਕਲ ਕੇ ਫਿਰ ਅਸੀਂ ਇੱਕ ਦੋ ਜਣੇ ਹੋਰ ਲੈ ਕੇ ਇੱਥੋਂ ਉਸ ਤੋਂ ਬਾਅਦ ਅਸੀਂ ਸਿੱਧਾ ਫਿਰ ਜਾਵਾਂਗੇ ਦਿੱਲੀ ਰਸਤੇ 'ਚ ਰੁਕਾਂਗੇ ਕਿਉਂਕਿ ਅਸੀਂ ਪਹਿਲਾਂ ਰੁਕੇ ਨਹੀਂ ਕੋਈ ਟਾਈਮ ਦੀ ਥੋੜ੍ਹੀ ਜਿਹੀ ਕਮੀ ਹੈ ਅਤੇ ਥੋੜ੍ਹਾ ਅੱਗੇ ਜਾ ਕੇ ਅਸੀਂ ਥੋੜ੍ਹਾ ਖਾਣਾ ਵਗੈਰਾ ਖਾ ਕੇ ਚਾਹ ਵਗੈਰਾ ਪੀ ਕੇ ਫਿਰ ਅਸੀਂ ਅੱਗੇ ਤੁਰਾਂਗੇ। ਅਸੀਂ ਰਸਤੇ 'ਚ ਹੁਣ ਰੁਕੇ ਹੋਏ ਹਾਂ ਅਤੇ ਵੇਟ ਕਰਦੇ ਪਏ ਹਾਂ ਉੱਥੇ ਤਾਂ ਅਸੀਂ ਕੋਲਡ ਡਰਿੰਕ ਵਗੈਰਾ ਲੈ ਲਈ, ਖਾਣ ਪੀਣ ਵਾਸਤੇ ਸਮਾਨ ਲੈ ਲਿਆ ਸਾਰੇ ਪਿੱਛੇ ਜਲਦੀ ਹੁਣ ਸ਼ਹਿਰ ਜਾਣਿਆ ਹੀ ਹੁਣ ਇਸ ਤੋਂ ਬਾਅਦ ਇੱਕ ਅੱਧਾ ਸ਼ਾਇਦ ਵੇਖਣੇ ਕੀ ਸਟੋਪ ਜਾਂਦਾ ਕੀ ਹਿਸਾਬ ਤਾਬ ਹੈ ਜੀ। ਅਸੀਂ ਹੁਣ ਇੱਥੋਂ ਨਿਕਲ ਗਏ, ਸੰਦੀਪ ਭਾਜੀ ਆ ਗਏ। ਹੋਰ ਸੰਦੀਪ ਭਾਜੀ ਠੀਕ ਠਾਕ ਹੋ? ਇੱਧਰ ਚਾਹ ਨਾਲ ਇਹਨਾਂ ਦਾ ਬੇਟਾ ਆਇਆ ਹੈਲੋ ਕੋ ਬੇਟਾ ਅੱਛਾ। ਸੋ ਹੁਣ ਅਸੀਂ ਨਿਕਲ ਗਏ ਹਾਂ ਅਤੇ ਬਾਕੀ ਜੋ ਰਸਤੇ ਦੇ ਵਿੱਚ ਵੀਡੀਓਜ਼ ਬਣਾਵਾਂਗਾ ਉਹ ਸ਼ੇਅਰ ਕਰਦਾ ਤੁਹਾਡੇ ਨਾਲ। ਸੋ ਅਸੀਂ ਪਹੁੰਚ ਗਏ ਜੀ ਰਾਜਪੁਰੇ। ਰਾਜਪੁਰੇ ਹੁਣ ਅਸੀਂ ਇੱਥੇ ਖਾਣਾ ਵਗੈਰਾ ਖਾ ਕੇ ਅਤੇ ਫਿਰ ਅਸੀਂ ਨਿਕਲਣਾ, ਫਿਰ ਦਿੱਲੀ ਰੁਕਾਂਗੇ ਸਿੱਧਾ ਹੁਣ ਕਿਉਂਕਿ ਟਾਈਮ ਓਨਾ ਹੀ ਹੈ, ਕੋਈ ਟਾਈਮ ਘੱਟ ਆ, ਲੇਟ ਹੈਗੇ ਥੋੜ੍ਹਾ ਜਿਹਾ ਅਤੇ ਉਸ ਹਿਸਾਬ ਨਾਲ ਫਿਰ ਅਸੀਂ ਨਿਕਲਦੇ ਹਾਂ। ਅਸੀਂ ਹੁਣ ਇੱਕ ਰਸਤੇ 'ਚ ਕੇਸਰੀ ਢਾਬੇ 'ਤੇ ਰੁਕ ਗਏ ਹਾਂ, ਅਮਨ ਕਲਿਆਣ ਪਰੌਂਠਿਆਂ ਦਾ ਵੇਟ ਕਰਦੇ ਅਤੇ ਦਹੀਂ ਆ ਗਈ ਆ, ਪਰੌਂਠੇ ਆਏ ਨਹੀਂ ਹਾਲੇ ਯਾਰ, ਔਖਾ ਆ, ਮੱਖਣ ਵੀ ਆ ਗਿਆ। ਆ ਮੈਡਮ ਆਪਣੇ ਫੋਟੋ ਖਿੱਚੀ ਜਾਂਦੇ ਨੇ, ਉਹ ਸ਼ਰਾਰਤਾਂ ਕਰੀ ਜਾਂਦਾ ਭਾਜੀ ਨੇ ਧਿਆਨ ਰੱਖਿਆ, ਬੰਦੇ ਸਾਰੇ ਕੋਈ ਨਾ ਕੋਈ ਕੰਮ ਲੱਗੇ ਹੋਏ ਨੇ। ਓ ਜੀ ਅਸੀਂ ਦਿੱਲੀ ਦੇ ਨੇੜੇ ਆ ਗਏ ਹਾਂ ਅਤੇ ਬਾਈ ਇਹਨਾਂ ਨੇ ਲਹੂ ਪੀਤਾ ਯਾਰ, ਪੰਜ ਛੇ ਆ ਗਏ ਨੇ ਇਸ ਤੋਂ ਬਾਅਦ ਨਹੀਂ ਆਉਣਾ ਨਾ ਅਤੇ ਬਸ ਘੰਟੇ ਦੇ ਵਿੱਚ ਅਸੀਂ ਉੱਥੇ ਪਹੁੰਚ ਜਾਵਾਂਗੇ ਘੰਟੇ ਤੱਕ ਅਤੇ ਫਿਰ ਆਪਾਂ ਅੱਗੇ ਲਾਉਂਦੇ ਹਾਂ ਕੀ ਹੁੰਦਾ ਸਿਸਟਮ। ਲਓ ਜੀ ਇਹ ਹੁਣ ਜਦੋਂ ਦੇ ਅਸੀਂ ਚੱਲੇ ਹਾਂ ਛੇਵਾਂ ਮਹੀਨਾ ਤਾਂ ਪੰਜਵਾਂ ਛੇਵਾਂ ਟੂਲ ਟੈਕਸ, ਟੋਲ ਟੈਕਸ ਕਹਿੰਦੇ ਹੋਏ ਤਾਂ ਟੂਲ ਟੈਕਸ ਨਹੀਂ ਹੁੰਦਾ, ਟੋਲ ਟੈਕਸ ਹੁੰਦਾ, ਟੂਲ ਟੈਕਸ ਕੀ ਹੁੰਦਾ ਮਰਜ਼ੀ ਇਹ। ਆਹ ਵੇਖੋ ਜੀ ਇਹ ਹੈ ਜੀ ਕੂੜਾ ਕਰਕਟ ਸਾਡੇ ਦਿੱਲੀ ਦਾ, ਚੈੱਕ ਕਰੋ ਉਹ ਟਰੱਕ ਚੱਲਿਆ ਇਹ ਦੇਖ ਕੇ ਕੇਜੀਐਫ ਮੂਵੀ ਨਹੀਂ ਆ ਰਹੀ
ਅਸੀਂ ਹੁਣ ਬਹੁਤ ਨੇੜੇ ਆ ਗਏ ਹਾਂ, ਏਅਰਪੋਰਟ ਵੀ ਇੱਥੇ ਬਿਲਕੁਲ ਨੇੜੇ ਹੀ ਆ। ਅਤੇ ਆਹ ਦੇਖੋ ਲੋਕੇਸ਼ਨ, ਬਸ ਪਹੁੰਚਣ ਵਾਲੇ ਹਾਂ, ਸਿਰਫ 5 ਕਿਲੋਮੀਟਰ ਦੂਰ ਆ ਇੱਥੋਂ। ਰੈੱਡ ਲਾਈਟ ਬਹੁਤ ਹੁੰਦੀਆਂ ਅਤੇ ਇਸ ਕਰਕੇ ਥੋੜ੍ਹਾ ਟਾਈਮ ਲੱਗ ਜਾਂਦਾ ਜ਼ਿਆਦਾ, ਨਹੀਂ ਤਾਂ ਉਵੇਂ ਤਾਂ ਰਸਤਾ ਤਾਂ ਠੀਕ ਆ ਬਹੁਤ ਵਧੀਆ। ਲਓ ਜੀ ਅਸੀਂ ਲੋਕੇਸ਼ਨ 'ਤੇ ਪਹੁੰਚਣ ਵਾਲੇ ਹਾਂ। ਬਾਈ ਬਹੁਤ ਟ੍ਰੈਫਿਕ ਸੀਗਾ ਯਾਰ, ਤਸੱਲੀ ਹੋ ਗਈ ਬਸ ਕਹਿ ਲਓ, ਬਸ ਆ ਨੇੜੇ ਹੀ ਆ ਗਏ ਹੁਣ। ਏਰੀਆ ਬਾਹਲਾ ਘੈਂਟ ਆ, ਹਰਾ ਭਰਿਆ। ਚਲੋ ਪਹੁੰਚਣ ਵਾਲੇ ਹਾਂ ਬਸ। ਅਸੀਂ ਪਹੁੰਚ ਗਏ ਜੀ ਲੋਕੇਸ਼ਨ 'ਤੇ ਅਤੇ ਸਾਰੇ ਬੈਠੇ ਆ, ਪਰ ਚੱਕਰ ਇੱਕ ਹੀ ਪੈ ਗਿਆ ਵੀ ਅੰਦਰ ਸ਼ਾਇਦ ਮੋਬਾਈਲ ਲਾਓ ਨਾ ਹੋਵੇ। ਨਾਲ ਤਾਂ ਲੈ ਕੇ ਜਾਵਾਂਗੇ, ਪਰ ਜੇ ਮੌਕਾ ਮਿਲਿਆ ਬਣਾ ਵੀ ਲਾਂਗੇ ਵੀਡੀਓ, ਪਰ ਜੇ ਨਾ ਬਣੀ ਤਾਂ ਫਿਰ ਉਹਦੇ ਵਾਸਤੇ ਮਾਫ਼ੀ, ਕਿਉਂਕਿ ਜੇ ਇੱਥੋਂ ਤੱਕ ਵੀਡੀਓ ਤੁਸੀਂ ਵੇਖ ਲਈ ਹੈ, ਬਾਈ ਗਾਲਾਂ ਹੀ ਕੱਢੋਗੇ ਸਾਰੇ ਜਣੇ। ਅਤੇ ਪੂਰਨ ਬਾਈ ਅਤੇ ਰੋਨੀ ਬੈਠਾ ਇੱਧਰ, ਆ ਛੋਟਾ ਰੋਨ ਬੈਠਾ, ਅਤੇ ਬਾਕੀ ਹੁਣ ਅਸੀਂ ਜਲਦੀ ਚੇਂਜ ਵਗੈਰਾ ਕਰਕੇ ਅਤੇ ਕਰਦੇ ਹਾਂ ਸਟਾਰਟ। ਲੋਕੇਸ਼ਨ ਬਹੁਤ ਵਧੀਆ, ਪ੍ਰਾਈਵੇਟ ਇਵੈਂਟ ਆ, ਬਟ ਦੇਖਦੇ ਹਾਂ ਕੀ ਹੁੰਦਾ, ਹੋ ਸਕਦਾ ਕਿ ਨਹੀਂ ਹੋ ਸਕਦਾ। ਅਸੀਂ ਆਪਦੀ ਆਪਦੀ ਵੀਡੀਓ ਮਤਲਬ ਬਣਾ ਲਿਆਂਗੇ, ਕਿਉਂ ਉਹਨਾਂ ਦੀ ਬਣਾ ਨਹੀਂ ਸਕਦੇ। ਕਹਿਣੇ ਕੋ ਸਾਥ ਆਪਣੇ ਇੱਕ
ਆਵਾਜ਼ ਮਾਰੀ ਬੁਲਾਇਆ ਮੈਨੂੰ ਤੂੰ ਸੀ ਸਜਣਾ ਮੈਨੂੰ ਬੁਲਾਇਆ ਜਦੋਂ ਪਿਆਰ ਨਾਲ ਤੂੰ ਕੰਬਾ ਲੂੰ ਸੀ ਸਜਣਾ ਲੱਗਿਆ ਲੱਗਿਆ ਮੈਨੂੰ ਲੱਗਿਆ ਅੱਲਾ ਨੇ ਵਾਜ਼ ਮਾਰੀ ਬੁਲਾਇਆ ਮੈਨੂੰ ਤੂੰ ਸੀ ਸਜਣਾ। ਆਓ ਜੀ, ਅਸੀਂ ਇਵੈਂਟ ਕਰਨ ਤੋਂ ਬਾਅਦ ਰੋਟੀ ਵੀ ਖਾ ਲਈ ਹੈ ਅਤੇ ਅਮਨ ਸਰਵ ਕਰਦਾ ਪਿਆ ਗੁਲਾਬ ਜਾਮੁਨ। ਆਹ ਵੇਖੋ ਘਾਹ ਪਾਇਆ ਟੇਬਲ ਦੇ ਉੱਤੇ, ਬਹੁਤ ਘਾਹ ਪਾਇਆ ਇਹਨਾਂ ਲੋਕਾਂ ਨੇ। ਅਤੇ ਆਹ ਵੇ ਲੱਗਾ ਹੀ ਦੁਬਾਰਾ ਬੋਲੇ, ਡੇਢ ਕੁ ਸੌ ਰੋਟੀ ਖਾ ਕੇ ਡਾਇਟ 'ਤੇ। ਆਹ ਵੇਖੋ ਭਾਜੀ ਅੰਦਰ ਅੰਦਰ ਆ ਸਰ ਇਹਨੂੰ ਚੱਲ ਵੀ। ਔਰ ਕਿਆ ਖਾਏਗਾ ਬੇਟੇ, ਕਿਆ ਖਾਓਗੇ? ਅਮਨ ਕਲਿਆਣ ਨੇ ਕਮੇਡੀ ਕੀਤੀ ਉਹਨੇ। ਅਮਨ ਦੱਸੀ ਕੀ ਗੱਲ ਹੋਈ ਹੈ? ਨਾ ਇਹਨਾਂ ਨੇ ਕਿਹਾ ਜੀ ਮੈਂ ਡਾਇਟਿੰਗ 'ਤੇ ਹਾਂ, ਆਉਣੇ ਖਾਂਦੇ ਵੀ ਗੁਲਾਬ ਜਾਮੁਨ। ਇਹ ਜਿਹੜੀ ਇਹਨਾਂ ਦੇ ਹੱਥ 'ਤੇ ਸੱਟ ਲੱਗੀ ਵੀ ਗੁਲਾਬ ਜਾਮੁਨ ਖੋਣ ਲੱਗੇ ਲੱਗੀ ਸੀ। ਮੈਂ ਵੀ ਖਾਂਦਾ, ਹੋਰ ਠੀਕ ਠਾਕ? ਕਿਵੇਂ ਟਾਈਮ ਪਾਸ ਹੋ ਗਿਆ ਸੀ ਬਾਹਰ? ਯਾਰ ਰੋਨੀ ਬੱਸ ਕਰ, ਜੇ ਭਾਂਜੇ ਪਾਏ ਉਹ ਕੱਢ ਪਹਿਲਾਂ। ਜਾ ਯਾਰ ਅਮਨ, ਤੇਰੀ ਗੱਲ ਰਿਕਾਰਡ ਨਹੀਂ ਹੋਈ, ਵਧੀਆ ਸੀ, ਮੌਕੇ 'ਤੇ ਚੌਕਾ ਮਾਰੀ ਅੱਜ। ਉਹ ਜੀ ਗਰਮੀ ਬਹੁਤ ਜ਼ਿਆਦਾ ਬਾਹਰ, ਅੰਦਰ ਤਾਂ ਪਤਾ ਨਹੀਂ ਸੀ ਲੱਗਦਾ, ਅਤੇ ਹੁਣ ਅਸੀਂ ਹੋ ਗਏ ਫ੍ਰੀ ਅਤੇ ਨਿਕਲਣ ਲੱਗੇ ਹਾਂ। ਆਹ ਵੇਖੋ, ਹਾਂਜੀ ਮੂਵੀ ਮੂਵੀ ਉਹ ਸੁਣਾਈ ਯਾਰ, ਉਹ ਕੀ ਕਹਿੰਦੇ ਉਹਨੂੰ, ਬਦੂ ਬਦੀ ਤੇ ਹੁਣ ਅਸੀਂ ਨਿਕਲਣ ਲੱਗਿਆ ਜੀ ਲੋਕੇਸ਼ਨ ਤੋਂ, ਤੇ ਰਸਤੇ ਦੀਆਂ ਤਸਵੀਰਾਂ ਕਰਾਂਗੇ, ਰਸਤੇ ਰੁਕਾਂਗੇ ਇੱਕ ਅੱਧੀ ਵਾਰੀ। ਬਹੁਤ ਵਧੀਆ ਇਵੈਂਟ ਹੋ ਗਿਆ, ਠੀਕ ਹੈ ਜੀ, ਇਵੈਂਟ ਬਹੁਤ ਵਧੀਆ ਹੋ ਗਿਆ ਸੀ, ਪਰ ਵੀਡੀਓਜ਼ ਜ਼ਿਆਦਾ ਨਹੀਂ ਬਣੀ ਅੰਦਰ, ਤੇ ਉਹ ਸ਼ੇਅਰ ਕਰਾਂਗੇ, ਬਟ ਛੋਟਾ ਇਵੈਂਟ ਸੀ ਪਰ ਮਜ਼ਾ ਆਇਆ, ਬਹੁਤ ਇੰਜੋਏ ਕੀਤਾ ਸਾਰਿਆਂ ਨੇ। ਅਤੇ ਹੁਣ ਅਸੀਂ ਨਿਕਲਣ ਲੱਗੇ ਹਾਂ ਇੱਥੋਂ, ਅਤੇ ਏਰੀਆ ਵੀ ਬਹੁਤ ਘੈਂਟ, ਪੋਰਸ਼ ਏਰੀਆ ਪੂਰਾ, ਅਤੇ ਬੜੀ ਸੋਹਣੀ ਲੋਕੇਸ਼ਨ ਸੀਗਾ, ਅਤੇ ਹੁਣ ਅੱਗੇ ਆਪਾਂ ਰਸਤੇ ਦੀਆਂ ਤੁਹਾਡੇ ਨਾਲ ਵੀਡੀਓਜ਼ ਮੈਂ ਸ਼ੇਅਰ ਕਰੂੰਗਾ। ਠੀਕ ਹੈ, ਬਾਹਰ ਆ ਗਿਆ ਸੰਦੀਪ ਭਾਅ ਜੀ, ਇਹਨਾਂ ਨੇ ਦਿੱਲੀ ਰੁਕਣਾ, ਇਹ ਹੁਣ ਉੱਤਰ ਗਏ ਇਹਨਾਂ ਨੂੰ। ਚਲੋ ਠੀਕ ਹੈ ਜੀ, ਬਾਈ ਜੀ ਆਹ ਏਅਰਪੋਰਟ ਦਾ ਨਜ਼ਾਰਾ ਰਾਤ ਦਾ, ਕਿਆ ਬਾਤ ਹੈ, ਸਿਰਾ ਜੀ ਆਈ ਜੀ। ਅਸੀਂ ਹੁਣ ਰਸਤੇ 'ਚ ਰੁਕ ਕੇ ਮੰਨਤ ਢਾਬਾ ਹੋਣਾ ਹੈ, ਚਾਹ ਵਗੈਰਾ ਪੀਂਦੇ ਹਾਂ।
ਕੁਛ ਖਾਂਦੇ ਪੀਂਦੇ ਹਾਂ ਆ ਹਾਈਵੇ ਦੇ ਉੱਤੇ। ਅਮਨ ਕਲਿਆਣ ਇਹਨੇ ਹੁਣ ਸਵੇਰੇ ਅੰਮ੍ਰਿਤਸਰ ਪਹੁੰਚਣਾ। ਬਾਬਾ ਛੇੜ ਕਿੱਥੋਂ ਲੈ ਗਿਆ ਚਮਕੀਲੀ ਜੀ ਯਾਰ, ਬੜੀ ਪੁਰਾਣੀ ਆ ਯਾਰ। ਕੀਆ ਲਓ ਜੀ ਪੀਂਦੇ ਚਾਹ। ਲਓ ਜੀ ਅਸੀਂ ਅੰਦਰ ਆ ਗਏ, ਅੰਦਰ ਦਾ ਵਿਊ ਆਵੇ। ਅਸੀਂ ਪਾਣੀ ਪੀ ਰਹੇ ਹਾਂ, ਚਾਹ ਆਏਗੀ ਚਾਹ ਪੀਵਾਂਗੇ, ਕਿਉਂਕਿ ਰੋਟੀ ਤਾਂ ਖਾ ਲਈ ਸੀ ਬਈ ਅਸੀਂ ਉੱਥੇ ਹੀ, ਪੇਟ ਭਰਿਆ ਹੋਇਆ ਹੁਣ ਪੂਰਾ। ਚਾਹ ਪੀ ਕੇ ਬਸ ਥੋੜ੍ਹਾ ਸੈੱਟ ਹੋ ਜਾਣਾ ਮਾਇੰਡ, ਫਿਰ ਚਾਹ ਪੀ ਕੇ ਨਿਕਲਦੇ ਹਾਂ। ਯਾਰ ਯਾਰ ਕੋਈ ਹਾਲ ਨੀ, ਅਸੀਂ ਪਹੁੰਚ ਗਏ ਜੀ ਮੁਕਤਸਰ ਤੇ 24 ਘੰਟੇ ਹੋ ਗਏ ਹਨ ਪੂਰੇ। ਕੱਲ ਸਵੇਰੇ ਹੋਣੇ ਨੀ, ਹਲੇ ਹੋਣ ਵਾਲੇ ਆ ਥੋੜੀ ਦੇਰ ਤੱਕ, 24 ਘੰਟੇ ਹੋਣੇ। ਕੱਲ ਸਵੇਰੇ ਨਿਕਲੇ 7:30 ਵਜੇ ਤੇ ਘਰੇ ਪਹੁੰਚਦੇ ਪਹੁੰਚਦੇ 7:30 ਹੋ ਰਹੇ।